ਤੇ ਜੀ ਐਸ ਪੀਟਰ ਬਾਈ ਹੋਰੀ ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਪਹੁੰਚੇ ਨੇ। ਪੀਟਰ ਬਾਈ, ਬਹੁਤ ਬਹੁਤ ਨਿੱਘਾ ਸਵਾਗਤ ਤੁਹਾਡਾ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਗਿੱਲ ਜੀ, ਔਰ ਰੇਡੀਓ ਹਮਸਫ਼ਰ ਦੇਖ ਰਹੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਸਰ, ਪਹਿਲਾਂ ਤਾਂ ਤੁਹਾਡਾ ਧੰਨਵਾਦ ਤੇ ਸ਼ੁਕਰੀਆ, ਵੈਲਕਮ ਕਿ ਤੁਸੀਂ ਸਾਡੇ ਸਟੂਡੀਓ 'ਚ ਅੱਜ ਪਹੁੰਚੇ ਹੋ। ਬਹੁਤ ਧੰਨਵਾਦ, ਥੈਂਕ ਯੂ। ਦੱਸੋ ਕਿੱਥੇ ਹੁੰਦੇ ਹੋ ਅੱਜ ਕੱਲ੍ਹ, ਕੀ ਕਰ ਰਹੇ ਹੋ ਅੱਜ ਕੱਲ੍ਹ ਪਹਿਲਾਂ? ਮੇਰਾ ਮੋਗਾ ਡਿਸਟ੍ਰਿਕਟ 'ਚ ਪਿੰਡ ਹੈ ਜੀ, ਕਿਸ਼ਨਪੁਰਾ ਕਲਾਂ। ਹਾਂਜੀ, ਉੱਥੇ ਹੀ ਮੈਂ ਰਹਿ ਰਿਹਾ ਅੱਜ ਕੱਲ੍ਹ ਜੀ, ਔਰ ਨਾਲ ਇੱਕ ਟੀਚਰ ਵਜੋਂ ਸੇਵਾਵਾਂ ਨਿਭਾ ਰਿਹਾ। ਹਾਂਜੀ, ਪੰਜਾਬੀ ਭਾਸ਼ਾ ਦਾ ਮੈਂ ਅਧਿਆਪਕ। ਹਾਂਜੀ, ਤੇ ਸਿੰਗਿੰਗ ਨਾਲ ਵੀ ਨਾਲ ਬਕਾਇਦਾ ਜੁੜਿਆ ਹੋਇਆ। ਹਾਂਜੀ, ਤੇ ਬਸ ਉਹ ਗਾਇਕੀ ਕਈ ਵਾਰੀ ਇੱਦਾਂ ਹੁੰਦਾ, ਕਈ ਵਾਰੀ ਅਸੀਂ ਮੇਨ ਸਟ੍ਰੀਮ 'ਚੋਂ ਥੋੜ੍ਹਾ ਸਾਈਡ 'ਤੇ ਚਲੇ ਜਾਂਦੇ ਹਾਂ। ਹਾਂਜੀ, ਪਰ ਮੈਨੂੰ ਇਹ ਸਵਾਲ ਬਹੁਤ ਵਾਰੀ ਪੁੱਛਿਆ ਗਿਆ ਕਿ ਤੁਸੀਂ ਹੁਣ ਗਾਉਂਦੇ ਹੋ, ਲੋਕ ਗਾਉਣ ਦਾ ਮਤਲਬ ਸਿਰਫ ਕੈਸਟ ਕੱਢਣਾ ਜਾਂ ਗਾਣਾ ਕੱਢਣਾ ਗਿਆ, ਯਾਨੀ ਕਿ ਉਹ ਜਿੱਦਾਂ ਕੋਈ ਚੀਜ਼ ਮੰਡੀ 'ਚ ਸੇਲ ਹੁੰਦੀ ਹੈ ਨਾ। ਹਾਂਜੀ, ਤੇ ਮੈਨੂੰ ਲੱਗਦਾ ਕਿ ਗਾਣਾ ਠੀਕ ਹੈ, ਇਹਦਾ ਮੰਡੀਕਰਨ ਹੋ ਗਿਆ, ਇਹਦਾ ਬਹੁਤ ਵੱਡਾ ਬਿਜ਼ਨਸ ਹੋ ਗਿਆ ਗਾਣਾ, ਆਰਟ ਵੀ ਇੱਕ ਇੰਡਸਟਰੀ ਹੋ ਗਈ ਹੈ ਨਾ। ਹਾਂਜੀ, ਪਰ ਆਰਟ ਵਾਸਤੇ ਇੰਡਸਟਰੀ ਸ਼ਬਦ ਵਰਤਣਾ ਮੈਨੂੰ ਲੱਗਦਾ ਕਿ ਜਾਇਜ਼ ਨਹੀਂ, ਕਿਉਂਕਿ ਇੱਥੇ ਨਟ ਬੋਲਟ ਨਹੀਂ ਬਣਦੇ, ਇੱਥੇ ਦਿਲਾਂ ਦੇ ਸੌਦੇ ਹੁੰਦੇ। ਸੋ ਮੁਹੱਬਤ ਦੀ ਗੱਲ ਕਰਦੇ ਹਾਂ ਅਸੀਂ, ਪਿਆਰ ਦੀ ਗੱਲ ਕਰਦੇ ਹਾਂ ਕਿ ਜਿਵੇਂ ਮੈਂ ਤਾਂ ਬਹੁਤ ਵਾਰੀ ਸੋ ਤੁਹਾਡੀ ਗੱਲ ਨੂੰ ਸੋਰੀ ਮੈਂ ਤਾਂ ਰੋਕ ਲਿਆ ਵੀ, ਅਸੀਂ ਤਾਂ ਖੁਦ ਕਹੀਦਾ ਕਿ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ, ਗੀਤ ਸੰਗੀਤ ਇੰਡਸਟਰੀ ਤਾਂ ਕਹੀ ਜਾਂਦੀ ਨਾ ਜਦੋਂ ਉਹਦੇ ਵਿੱਚ ਪੈਸਾ ਇਨਵੋਲਵ ਹੋ ਜਾਂਦਾ। ਹਾਂਜੀ, ਪਰ ਜੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ ਕਿ ਜਦੋਂ ਕਿਤੇ ਮਨੁੱਖ ਨੇ ਪਹਿਲੀ ਵਾਰੀ ਗਾਉਣਾ ਸ਼ੁਰੂ ਕੀਤਾ ਹੋਊਗਾ, ਉਦੋਂ ਉਹਨੇ ਕਿਹੜਾ ਮਾਈਕ ਲੱਭਿਆ ਹੋਊਗਾ, ਜਾਂ ਜਦੋਂ ਕਿਸੇ ਨੇ ਪਹਿਲੀ ਵਾਰ ਕੋਈ ਹੱਥ ਨਾਲ ਪੇਂਟਿੰਗ ਬਣਾਈ ਹੋਊਗੀ, ਉਹਨੂੰ ਉਹਨੇ ਕਿਹੜਾ ਸਟੂਡੀਓ ਪਾਲਿਆ ਹੋਊਗਾ, ਜਾਂ ਜਦੋਂ ਪਹਿਲੀ ਵਾਰੀ ਕੋਈ ਬੰਦਾ ਕਿਤੇ ਕਿਸੇ ਨੇ ਕੁਛ ਲਿਖਿਆ ਹੋਊਗਾ, ਜਾਂ ਭਾਸ਼ਾ ਦੀ ਖੋਜ, ਮਤਲਬ ਕਲਾ ਜਿਹੜੀ ਹੈ ਬੇਸਿਕਲੀ ਇਹ ਇੱਕ ਬਹੁਤ ਡੂੰਘਾ ਮਸਲਾ ਸਰ, ਤੁਸੀਂ ਗੱਲ ਬਹੁਤ ਡੂੰਘੀ ਕੀਤੀ। ਔਰ ਇਹਦੇ ਵਿੱਚ ਜਿਹੜਾ ਹੈ, ਜਦੋਂ ਕੋਈ ਬੰਦਾ ਕਹਿੰਦਾ ਤੁਸੀਂ ਗਾਉਂਦੇ ਹੋ, ਤਾਂ ਮੈਂ ਕਹਿੰਦਾ ਵੀ ਗਾਉਣਾ ਤਾਂ ਕਦੇ ਮੁੱਕ ਹੀ ਨਹੀਂ ਸਕਦਾ। ਹਾਂਜੀ, ਜੇ ਕਿਸੇ ਬੰਦੇ ਅੰਦਰ ਆਰਟ ਆ, ਕੋਈ ਬੰਦਾ ਕਮਰੇ 'ਚ ਬੈਠਾ ਪੇਂਟਿੰਗਸ ਬਣਾ ਰਿਹਾ, ਤੇ ਉਹ ਆਪਣੀਆਂ ਪੇਂਟਿੰਗਸ ਬਾਜ਼ਾਰਾਂ 'ਚ ਨਹੀਂ ਵੇਚਦਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਪੇਂਟਰ ਨਹੀਂ ਹੈਗਾ। ਬਿਲਕੁਲ ਠੀਕ, ਪਰ ਅਸੀਂ ਪੇਂਟਰ ਉਹਨੂੰ ਮੰਨਦੇ ਹਾਂ ਜਿਹੜਾ ਐਗਜੀਬਿਸ਼ਨ ਲਾਉਂਦਾ। ਅਸੀਂ ਉਹਨੂੰ, ਅਸੀਂ ਕਿਉਂਕਿ ਸਾਰੀ ਕਲਾ ਨੂੰ ਉਹਦੇ ਬਾਹਰੀ ਵਰਤਾਰੇ ਨਾਲ ਜੋੜ ਲਿਆ, ਤੇ ਇਸੇ ਕਰਕੇ ਹੀ ਇਹ ਸਵਾਲ ਉੱਠਦਾ ਮੇਰੇ 'ਤੇ ਵੀ, ਮੈਨੂੰ ਕਈ ਮੇਰੇ ਦੋਸਤ ਵੀ ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ। ਸੋ ਪਰ ਇਹ ਵੀ ਨਾਲ ਆ ਕਿ ਜਿਹੜੀ ਇੰਡਸਟਰੀ ਆ ਜਾਂ ਸਾਡਾ ਸੰਗੀਤ ਦੀ ਮੰਡੀ ਆ, ਉਹਦੇ ਨੋਰਮਸ ਹੁੰਦੇ ਨੇ ਸਾਡੀ ਸੁਸਾਇਟੀ ਦੇ, ਜਿਸ ਤਰ੍ਹਾਂ ਨੋਰਮਸ ਹੈਗੇ ਆ। ਬੰਦਾ ਕਹਿੰਦਾ ਜੀ ਮੈਂ ਦੁਕਾਨ 'ਤੇ ਜਾਣਾ, ਸੁਬਹਾ 6 ਵਜੇ ਜਾਓ, ਦੁਕਾਨ ਖੋਲੋ, ਝਾੜੂ ਮਾਰੋ, ਸਫਾਈ ਕਰੋ, ਸਾਰਾ ਦਿਨ ਕੰਮ ਕਰੋ, ਜੇ ਨੋਰਮਸ ਪੂਰੇ ਨਹੀਂ ਕਰੋਗੇ ਦੁਕਾਨ ਨਹੀਂ ਚੱਲੇਗੀ। ਹਾਂਜੀ, ਸੋ ਇਸੇ ਤਰ੍ਹਾਂ ਵੀ ਕਲਾਕਾਰਾਂ ਦੇ ਵੀ ਕੁਛ ਨੋਰਮਸ ਨੇ, ਉਸ ਸੁਸਾਇਟੀ ਦੇ ਮੁਤਾਬਕ ਗਾਣਾ ਕੱਢਣਾ, ਲੋਕਾਂ ਦੀ ਨਬਜ਼ ਨੂੰ ਪਹਿਚਾਣ ਕੇ ਗੀਤ ਰਿਲੀਜ਼ ਕਰਨਾ, ਹਾਂਜੀ ਉਹ ਸਾਰੇ ਇੰਡਸਟਰੀ ਦੇ ਹੀ ਨੋਰਮਸ ਆ, ਪਰ ਸਿਰਫ ਆਪਣੇ ਮਨ ਲਈ ਗਾਉਣਾ। ਤੁਸੀਂ ਦੱਸਿਆ ਕਿ ਪੜ੍ਹਾਉਂਦੇ ਹੋ, ਹੁਣ ਜਿਹੜਾ ਕੀ ਪੜ੍ਹਾ ਰਹੇ ਹੋ? ਮੈਂ ਪੰਜਾਬੀ ਦਾ, ਪੰਜਾਬੀ ਭਾਸ਼ਾ ਦਾ। ਪੰਜਾਬੀ ਹੁਣ ਵੀ ਪੜ੍ਹਾ ਰਹੇ ਹੋ ਇਸ ਵੇਲੇ? ਹਾਂਜੀ ਹਾਂਜੀ, ਬਿਲਕੁਲ। ਤੁਹਾਡੀਆਂ ਗੱਲਾਂ 'ਚੋਂ ਲੱਗਦਾ ਹੈ ਉਹ ਫਰਕ, ਵੱਖਰਾ ਫਰਕ ਲੱਗ ਰਿਹਾ, ਪਤਾ ਲੱਗਦਾ। ਹਾਂਜੀ, ਉਹ ਇਸ ਤਰ੍ਹਾਂ ਕਿ ਐਕਚੁਅਲੀ ਮੈਂ ਘਰੋਂ ਤਾਂ ਪੜ੍ਹਨ ਹੀ ਨਿਕਲਿਆ ਸੀਗਾ। ਹਾਂਜੀ, ਜਦੋਂ 1999 'ਚ ਮੈਂ ਗੌਰਮੈਂਟ ਕਾਲਜ ਲੁਧਿਆਣਾ ਜੋਗ੍ਰਾਫੀ ਦੀ MA ਕਰਦਾ ਸੀਗਾ। ਅੱਛਾ ਜੀ। ਅਤੇ ਉਦੋਂ ਉੱਥੇ ਪੜ੍ਹਦਿਆਂ ਕਾਲਜ ਟਾਈਮ ਗਾਉਂਦੇ ਸੀਗੇ, ਸ਼ੌਕ ਸੀ ਸ਼ੁਰੂ ਤੋਂ ਗਾਉਣ ਦਾ, ਅਤੇ ਮੇਰਾ ਸੰਪਰਕ ਫਾਈਨ ਟੂਨ ਕੰਪਨੀ ਨਾਲ ਹੋ ਗਿਆ। ਹਾਂਜੀ, ਅਤੇ ਉਹਨਾਂ ਨੇ ਮੇਰੀ ਰਿਕਾਰਡਿੰਗ ਕਰ ਲਈ, ਅਤੇ ਉਹ ਟੇਪ ਮੇਰੀ ਚੱਲ ਗਈ, ਅਤੇ ਜਿਹੜਾ ਮੇਰਾ ਰਸਤਾ ਸੀਗਾ ਉਹ ਬਦਲ ਗਿਆ। ਫਿਰ ਉਹ 8-9 ਸਾਲ ਮੈਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਬੜਾ ਚਲੋ ਵੀ ਐਕਟਿਵ ਰਿਹਾ, ਬਹੁਤ ਸਾਰੀਆਂ ਕੈਸਟਾਂ ਕੱਢੀਆਂ, ਕੁਛ ਗਾਣੇ ਬਹੁਤ ਸਾਰੇ ਹਿੱਟ ਵੀ ਹੋਏ। ਫਿਰ ਉਸ ਤੋਂ ਬਾਅਦ ਥੋੜ੍ਹਾ ਸਮਾਂ ਬਦਲਿਆ, ਚੇਂਜ ਆਈ, ਤਬਦੀਲੀ ਆਈ,
ਔਰ ਉਹ ਤਬਦੀਲੀ ਤਾਂ ਸੰਸਾਰ ਦਾ ਨਿਯਮ ਆ, ਆਉਣੀ ਆਉਣੀ ਆ, ਜੋ ਅੱਜ ਹੈ ਉਹ ਕੱਲ੍ਹ ਨਹੀਂ ਰਹਿਣਾ। ਹਾਂਜੀ। ਸੋ ਫਿਰ ਇਸ ਕਰਕੇ ਮੈਂ ਮਤਲਬ ਮੇਰੇ ਅੰਦਰ ਮੇਰਾ ਪੁਰਾਣਾ ਜਿਹੜਾ ਅਧਿਆਪਕ ਸੀਗਾ ਉਹ ਜਾਗ ਗਿਆ, ਜਿੱਥੇ ਮੈਂ ਆਪਣਾ ਸਟੱਡੀ ਨੂੰ ਜਿੱਥੋਂ ਛੱਡਿਆ ਸੀ ਉੱਥੋਂ ਫਿਰ ਫੜ ਕੇ ਦੁਬਾਰਾ ਅਤੇ ਮੈਂ ਇਸ ਅਧਿਆਪਕ ਬਣ ਗਿਆ। ਕਿਉਂਕਿ ਮੈਨੂੰ ਲੱਗਦਾ ਕਿ ਅਧਿਆਪਕ ਅਤੇ ਕਲਾਕਾਰ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ, ਵੀ ਉਹ ਜਿਵੇਂ ਟੀਚਿੰਗ ਇਜ਼ ਐਨ ਆਰਟ ਹੈ ਨਾ, ਉਹਦੀ ਪਹਿਲੀ ਜਦੋਂ ਅਸੀਂ ਪੜ੍ਹਦੇ ਹਾਂ ਪਰਿਭਾਸ਼ਾ, ਜਦੋਂ ਅਸੀਂ ਬੈਚਲਰ ਆਫ ਐਜੂਕੇਸ਼ਨ ਕਰਦੇ ਹਾਂ ਤਾਂ ਉਹਦੇ ਵਿੱਚ ਕਹਿੰਦੇ ਕਿ ਟੀਚਿੰਗ ਕੀ ਆ, ਟੀਚਿੰਗ ਇਜ਼ ਐਨ ਆਰਟ। ਉੱਥੇ ਵੀ ਟੀਚਿੰਗ ਨੂੰ ਕਿੱਤਾ ਨਹੀਂ ਕਿਹਾ ਜਾਂਦਾ, ਉਹਦੇ ਲਈ ਆਰਟ ਸ਼ਬਦ ਵਰਤਿਆ ਜਾਂਦਾ। ਜਦੋਂ ਤੁਸੀਂ ਕਿਸੇ ਮੌਬ ਨੂੰ ਸੰਬੋਧਨ ਹੋ ਰਹੇ ਹੋ ਜਾਂ ਤੁਸੀਂ ਕਿਸੇ ਐਸੇ ਮਾਮਲੇ 'ਤੇ ਗੱਲ ਕਰ ਰਹੇ ਹੋ ਜਿਹਦੇ ਨਾਲ ਤੁਹਾਡਾ ਚਰਿੱਤਰ ਬਣਨਾ, ਅਤੇ ਜਾਂ ਤੁਸੀਂ ਇੱਕ ਕੋਈ ਇੱਕ ਲੀਕ ਪਾਉਣੀ ਆ ਸਮਾਜ 'ਚ, ਲੋਕਾਂ ਦੇ ਮਨਾਂ 'ਚ, ਤਾਂ ਉਹ ਫਿਰ ਕੰਮ ਨਹੀਂ ਰਹਿ ਜਾਂਦਾ, ਉਹ ਫਿਰ ਆਰਟ ਹੋ ਜਾਂਦਾ, ਤੁਹਾਡੀ ਬੋਲੀ ਹੋਈ ਗੱਲ ਦਾ ਵਜ਼ਨ ਹੁੰਦਾ। ਜਿੱਦਾਂ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦਾ, ਉਹਨਾਂ ਦੇ ਅੰਦਰ ਰੁਚੀਆਂ ਨੂੰ ਸਮਝ ਕੇ ਉਹਨਾਂ ਨੂੰ ਕ੍ਰੀਏਟ ਕਰਦਾ, ਉਹਨਾਂ 'ਚ ਕੁਛ ਉਹਨਾਂ ਨੂੰ ਜ਼ਿੰਦਗੀ 'ਚ ਇੱਕ ਨਵੇਂ ਰਾਹ ਦਿਖਾਉਂਦਾ, ਅਤੇ ਉਹਨਾਂ ਦੀ ਜਿਹੜੀ ਯੋਗਤਾ ਨੂੰ ਪਛਾਣ ਕੇ ਅਤੇ ਉਹ ਜਿੰਨੀਆਂ ਸੰਭਾਵਨਾਵਾਂ, ਜਿੰਨੀਆਂ ਪੋਸੀਬਿਲਿਟੀਜ਼ ਬੱਚੇ ਦੇ ਅੰਦਰ ਹੁੰਦੀਆਂ, ਉਹਨਾਂ ਨੂੰ ਉਹ ਮਤਲਬ ਉਹਨੂੰ ਐਕਟਿਵ ਕਰਦਾ, ਉਹਨੂੰ ਉਹਨੂੰ ਮਤਲਬ ਹੱਲਾਸ਼ੇਰੀ ਦਿੰਦਾ। ਹਾਂਜੀ। ਸੇਮ ਚੀਜ਼ ਆਰਟਿਸਟ ਵੀ ਕਰਦਾ। ਵੈਰੀ ਗੁੱਡ। ਅਤੇ ਉਹ ਆਰਟਿਸਟ ਦਾ ਕਈ ਵਾਰੀ, ਔਰ ਸਾਡੀਆਂ ਫਿਲਮਾਂ, ਸਾਡੇ ਗਾਣੇ ਉਹਨੂੰ ਕਈ ਵਾਰੀ ਲੋਕ ਫਾਲੋ ਕਰਦੇ ਆ, ਉਹਨਾਂ ਦੇ ਕੱਪੜੇ ਪਾਉਣੇ, ਉਹਨਾਂ ਦਾ ਸਟਾਈਲ ਕਰਨਾ, ਅਤੇ ਉਹ ਹੁਣ ਇਹ ਆਰਟਿਸਟ ਦੀ ਮਰਜ਼ੀ ਆ ਵੀ ਜੇ ਉਹ ਸੁਸਾਇਟੀ ਨੂੰ ਕਿੱਧਰ ਲੈ ਕੇ ਜਾਏਗਾ। ਉਹਦੇ ਵਿੱਚ ਉਹਦਾ ਬਹੁਤ ਵੱਡਾ ਰੋਲ। ਮੈਂ ਇਸੇ ਕਰਕੇ ਮੈਂ ਕਹਿੰਦਾ ਕਿ ਦੋਨੇ ਚੀਜ਼ਾਂ, ਜਿਹੜਾ ਆਰਟ ਹੈਗਾ ਉਹ ਬਹੁਤ ਬਰੀਕ ਮਾਮਲਾ, ਅਤੇ ਗਾਣਾ ਮਹਿਜ਼ ਗਾਣਾ ਨਹੀਂ ਹੁੰਦਾ, ਗਾਣਾ ਕਈ ਵਾਰੀ ਤੁਹਾਡੇ ਧੁਰ ਅੰਦਰ ਤੱਕ ਜਾਂਦਾ। ਪਾਤਰ ਸਾਹਿਬ ਦੀ ਗਜ਼ਲ ਦਾ ਇੱਕ ਸ਼ੇਰ ਹੈ ਕਿ ਨਾ ਕਲਮ ਨਾ ਸਿਆਹੀ ਨਾ ਪੱਕਿਆਂ ਕਾਗਜ਼ਾਂ 'ਤੇ, ਇਕਰਾਰ ਨਾਮਾ ਆਪਣਾ ਬਸ ਦਿਲ ਦੇ ਵਰਕਿਆਂ 'ਤੇ, ਰਤ ਦੀ ਲਿਪੀ 'ਚ ਲਿਖਿਆ ਨੂੰ ਇੱਦਾਂ ਨਹੀਂ ਪੜ੍ਹੀਦਾ, ਇੱਦਾਂ ਨਹੀਂ ਕਰੀਦਾ। ਕਿਉਂਕਿ ਬਹੁਤ ਸਾਰੇ ਜਿਹੜੇ ਅਸੀਂ ਜਦ ਕਿਸੇ ਨੂੰ ਕੋਈ ਪੈਸਾ ਉਧਾਰ ਦਿੰਦੇ ਹਾਂ, ਚਾਹੇ ਅਸੀਂ 5,000 ਰੁਪਈਆ ਦੇਣਾ ਹੋਵੇ, ਅਸੀਂ ਪਰਨੋਟ ਲਿਖਦੇ ਹਾਂ, ਜਾਂ ਅਸੀਂ ਕੋਈ ਬੰਦਾ ਪਾਉਂਦੇ, ਹਾਂ ਅਸੀਂ ਹਾਂ ਗਵਾਹੀਆਂ ਪਾਉਂਦੇ ਹਾਂ। ਪਰ ਕਈ ਵਾਰੀ ਜ਼ਿੰਦਗੀ 'ਚ ਮਾਮਲਾ ਐਸਾ ਵੀ ਹੁੰਦਾ ਵੀ ਕੋਈ ਬੰਦਾ ਮਿਲਦਾ 5 ਮਿੰਟ ਲਈ ਅਤੇ ਅਸੀਂ ਪੂਰੀ ਦੌਲਤ ਉਹਦੇ ਨਾਮ ਕਰਾਂ, ਬਹੁਤ ਖੂਬ, ਉਹ ਸਾਡੇ ਜੀਵਨ ਦਾ ਹਿੱਸਾ ਹੋ ਜਾਂਦਾ। ਸੋ ਇਸ ਕਰਕੇ ਇਹ ਬਹੁਤ ਬਰੀਕ ਜੀ ਘਟਨਾ, ਬਹੁਤ ਮਹੀਨ, ਬਿਲਕੁਲ ਮੈਂ ਕਹਾਂ ਕਿ ਵਾਲ ਨਾਲੋਂ ਵੀ ਨਿੱਕੀ ਘਟਨਾ ਜਿਹੜੀ ਤੁਹਾਡੇ ਮਨ ਦੇ ਨਾਲ ਵਾਪਰਦੀ ਆ। ਸੋ ਜਦੋਂ ਕਲਾ ਦਾ ਸੰਬੰਧ ਸਾਡੇ ਮਨ ਦੀਆਂ ਉਹਨਾਂ ਪਰਤਾਂ ਨਾਲ ਹੋਵੇ, ਹਾਂਜੀ, ਤਾਂ ਫਿਰ ਉਹ ਲਈ ਇੰਡਸਟਰੀ ਸ਼ਬਦ ਥੋੜ੍ਹਾ ਜਿਹਾ ਮੈਨੂੰ ਔੜ ਲੱਗਦਾ। ਪਰ ਮੈਨੂੰ ਲੱਗਦਾ ਕਿ ਉਹ ਹੁਣ ਪ੍ਰਚਲਿਤ ਵੀ ਹੋ ਗਿਆ ਸ਼ਾਇਦ, ਲੱਗਦਾ ਸਾਨੂੰ ਵੀ ਉਹ ਚੱਲੀ ਜਾਂਦਾ। ਜਿਵੇਂ ਹੁਣ ਤੁਸੀਂ ਵੀ ਆਪਣੀ ਗੱਲ ਕਰੋ, ਤੁਸੀਂ ਵੀ ਬੋਲਦਿਆਂ ਇੰਡਸਟਰੀ ਸ਼ਬਦ ਵਰਤਿਆ, ਉਹ ਫਲੋ ਦੇ ਵਿੱਚ ਹੀ ਸ਼ਾਇਦ ਚਾਹੇ ਵਰਤ ਲਿਆ। ਹਾਂਜੀ ਹਾਂ, ਮੈਂ ਇਹ ਨਹੀਂ ਕਹਿੰਦਾ, ਕਿਉਂਕਿ ਉਹਦੇ ਵਿੱਚ ਮੈਂ ਤਾਂ ਇੰਡਸਟਰੀ ਸ਼ਬਦ ਦੀ ਗੱਲ ਕਰਦਾ ਕਿ ਉਹਦੇ ਵਿੱਚ ਹੁਣ ਇੱਦਾਂ ਵੀ ਉਹਦਾ ਉਹਦੇ ਨਾਲ ਮਾਮਲਾ ਪੈਸੇ ਨਾਲ ਵੀ ਜੁੜਿਆ ਹੋਇਆ, ਮਾਮਲਾ ਹੋਰ ਚੀਜ਼, ਫਿਲਮਾਂ ਨੇ ਕਿੰਨੇ ਕਰੋੜ ਕਮਾ ਲਿਆ, ਉਹਨੇ ਇੰਨਾ ਕਿੰਨਾ ਕਰ ਲਿਆ, ਉਹਦੇ ਵਿੱਚ ਬਕਾਇਦਾ ਇੱਕ ਦੌੜ ਲੱਗੀ ਹੈ, ਇੱਕ ਸਟ੍ਰੈਟੇਜੀ ਬਣਾਈ ਜਾਂਦੀ ਆ। ਤੇ ਪਰ ਇਸ ਸਾਡੇ ਗੀਤਾਂ ਲਈ ਵੀ ਤੁਸੀਂ ਉਹੀ ਦੌੜ ਦੇ ਵਿੱਚ ਹੀ ਆ ਨਾ, ਕਿੰਨੇ ਵਿਊ ਹੋ ਗਏ ਨੇ, ਕਿੰਨੇ ਲਾਈਕ ਹੋ ਗਏ ਨੇ, ਬਿਲਕੁਲ ਕਿੰਨੇ ਕਮੈਂਟਸ ਆ ਗਏ ਨੇ, ਬਿਲਕੁਲ ਇਹ ਟ੍ਰੈਂਡੀ ਚੱਲ ਪਿਆ ਨਾ ਹੁਣ। ਹਾਂ, ਮੈਂ ਉਸ ਚੀਜ਼ ਨੂੰ, ਮੇਰੇ ਖਿਆਲ ਮਾੜਾ ਵੀ ਨਹੀਂ ਹੈ, ਨਹੀਂ ਮੈਂ ਮਾੜਾ ਨਹੀਂ ਕਹਿ ਰਿਹਾ, ਮੈਂ ਜਸਟ ਇਹ ਕਹਿ ਰਿਹਾ ਕਿ ਸਿਰਫ ਇਹੀ ਇੱਕ ਮਾਪਦੰਡ ਨਹੀਂ ਹੈਗਾ ਕਿਸੇ ਸਿੰਗਰ ਨੂੰ ਮਾਪਣ ਦਾ। ਸੋ ਹੁਣ ਇਹਦਾ ਮਤਲਬ ਜੇ ਮੈਂ ਵੈਸੇ, ਚਲੋ ਇਹ ਤੁਹਾਡੀ ਜਿਹੜੀ ਤੁਸੀਂ ਇੱਕ ਆਪਣੇ ਮਨ ਦੀ ਭਾਵਨਾ ਸਾਡੇ ਨਾਲ ਸਾਂਝੀ ਕੀਤੀ ਹੈ, ਪਰ ਜੇ ਜੇ ਹੁਣ ਰੈਗੂਲਰ ਬੇਸਿਸ 'ਤੇ ਜਿਹੜੀ ਗਾਇਕੀ ਨੂੰ ਅੱਜ ਕੱਲ੍ਹ ਲੋਕ ਕਹਿੰਦੇ ਵੀ ਉਹ ਕਮਰਸ਼ੀਅਲ ਗਾਇਕੀ ਦਾ ਹਿੱਸਾ ਬਣਨ ਦੀ ਗੱਲ ਜਿਹੜੀ ਆਪਾਂ ਕਹੀ ਦੀ ਹੈ, ਜਾਂ ਜਿਹੜੀ ਇੱਕ ਲਗਾਤਾਰਤਾ ਦੀ ਗੱਲ ਕਹੀ ਦੀ ਹੈ ਵੀ ਲਓ ਜੀ ਬੰਦਾ ਫੀਲਡ ਦੇ ਵਿੱਚ ਹੈ, ਲਗਾਤਾਰ ਕੋਈ ਨਾ ਕੋਈ ਐਕਟੀਵਿਟੀਜ਼ ਉਹਦੀਆਂ ਸਾਡੇ ਸਾਹਮਣੇ ਆ ਰਹੀਆਂ ਨੇ, ਜੇ ਬੰਦਾ ਗਾਇਕ ਹੈ ਤਾਂ ਉਹ ਗੀਤ ਆਪਣੇ ਰਿਕਾਰਡ ਕਰਕੇ ਐਲਬਮਸ ਬਣਾ ਕੇ ਜਾਂ ਗੀਤਾਂ ਦੇ ਰੂਪ 'ਚ ਜਾਂ ਵੀਡੀਓਜ਼ ਦੇ ਰੂਪ ਦੇ ਵਿੱਚ ਉਹ ਲੋਕਾਂ ਸਾਹਮਣੇ ਲੈ ਕੇ ਆ ਰਿਹਾ।
ਸੋ ਉਸ ਗੱਲ ਨੂੰ ਤੁਸੀਂ ਫਿਰ ਕਿਉਂ ਪਿੱਛੇ ਪੈ ਗਏ ਹੋ? ਹਾਂ ਮੈਂ ਥੋੜ੍ਹਾ ਜਿਹਾ ਉਸ ਮਾਮਲੇ 'ਚ ਕਹਿ ਲਓ ਵੀ ਪਿੱਛੇ ਰਹਿ ਗਿਆ। ਹਾਂਜੀ, ਅਤੇ ਉਹ ਫਿਰ ਮੈਂ ਉਹੀ ਗੱਲ ਕਰਕੇ। ਕਿੰਨਾ ਸਮਾਂ ਹੋ ਗਿਆ ਲਾਸਟ ਜਿਹੜਾ ਤੁਹਾਡਾ ਕੋਈ ਇੱਦਾਂ ਕਮਰਸ਼ੀਅਲ ਤੌਰ 'ਤੇ ਪ੍ਰੋਗਰਾਮ ਜਾਂ ਗੀਤ ਜਿਹੜਾ ਰਿਕਾਰਡ? ਨਹੀਂ, ਆਏ ਤਾਂ ਗਾਣਾ ਮੇਰਾ ਫਰਵਰੀ 'ਚ ਵੀ ਇੱਕ ਆਇਆ, ਜਨਵਰੀ 'ਚ ਵੀ ਆਇਆ। ਹਾਂਜੀ, ਉਦੋਂ ਪਹਿਲਾਂ 2020 'ਚ ਵੀ ਇੱਕ ਗਾਣਾ ਬਣਾਇਆ ਸੀ ਮੇਰੇ ਦਿਲ ਦਾ ਰੇਡੀਓ ਨੀ। ਹਾਂਜੀ, ਪੀ ਕੇ ਤੇਰੀਆਂ। ਅੱਛਾ, ਕਿਹੜਾ ਸੀਗਾ? ਮੇਰੇ ਦਿਲ ਦਾ ਰੇਡੀਓ ਨੀ। ਅੱਛਾ, ਪੀ ਕੇ ਤੇਰੀਆਂ ਖਬਰਾਂ ਪੜ੍ਹਦਾ। ਸੋ ਇਸ ਤਰ੍ਹਾਂ ਸੀ ਕਿ ਸੁਣਾਓ ਮਾੜਾ ਜਿਹਾ ਗੀਤ ਰੇਡੀਓ 'ਤੇ, ਰੇਡੀਓ ਵਾਲਾ ਗੀਤ ਨਾ ਸੁਣਾਇਆ ਤਾਂ ਕੀ ਸੁਣਾਇਆ, ਆਉਣ ਦਿਓ ਜਰਾ। ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ, ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ, ਜਦ ਨਸ਼ਾ ਜਾ ਹੋ ਜਾਂਦਾ ਯਾਦਾਂ ਦਾ ਟੇਸ਼ਨ ਫੜਦਾ, ਮੇਰੇ ਦਿਲ ਦਾ ਰੇਡੀਓ ਨੀ ਪੀ ਕੇ ਤੇਰੀਆਂ ਖਬਰਾਂ ਪੜਦਾ। ਕਿਆ ਬਾਤ ਹੈ, ਲਿਖਿਆ ਵੀ ਤੁਸੀਂ? ਨਹੀਂ ਜੀ, ਇਹ ਜੱਸੀ ਮੁੰਡਾ ਜੱਗੀ ਸੰਘੇੜਾ ਉਹਦਾ ਲਿਖਿਆ ਹੋਇਆ। ਅੱਛਾ, ਐਕਚੁਅਲੀ ਇਹ ਗਾਣਾ ਮਤਲਬ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਤੁਸੀਂ ਰਿਕਾਰਡ ਹੋਇਆ ਆਪਣੇ YouTube ਤੇ ਹੈਗਾ, ਇਹਦੇ ਪਰ ਹੈ ਜੀ ਦਿਲ ਦਾ ਰੇਡੀਓ। ਓਕੇ, ਟਵਿੱਟਰ ਪਰ ਦਿਲ ਦਾ ਰੇਡੀਓ ਹੈ ਉਹ, ਕਿਉਂਕਿ ਜਦੋਂ ਇਹ ਗਾਣਾ ਸੀ ਬਣਾਇਆ 2020 ਚ, ਤੇ ਮੈਨੂੰ ਕੇਵੀ ਸਿੰਘ ਦਾ ਫੋਨ ਆਇਆ। ਕੇਵੀ ਸਿੰਘ ਨਵੇਂ ਜ਼ਮਾਨੇ ਦਾ ਮਿਊਜ਼ਿਕ ਡਾਇਰੈਕਟਰ ਆ। ਹਾਂਜੀ, ਔਰ ਉਹਦੀ ਉਮਰ ਵੀ ਛੋਟੀ ਆ, ਫਿਰ ਉਹਦੇ ਖਿਆਲ ਵੀ ਉਦਾਂ ਦੇ। ਉਹ ਮੈਨੂੰ ਕਹਿੰਦਾ ਭਾਜੀ ਤੁਸੀਂ ਇੱਦਾਂ ਦੇ ਗਾਣੇ ਗਾਓ। ਤੇ ਮੈਂ ਕਿਹਾ ਠੀਕ ਆ ਵੀ ਜੇ ਤੁਸੀਂ ਕਰੋਗੇ ਰਿਕਾਰਡ ਤਾਂ ਫਿਰ ਆਪਾਂ ਕਰਦੇ ਹਾਂ। ਫਿਰ ਉਹ ਗਾਣਾ ਇਹਦਾ ਅੱਛਾ ਰਿਸਪੌਂਸ ਆਇਆ ਸੀਗਾ ਸਾਨੂੰ, ਵੈਰੀ ਗੁੱਡ, ਲੋਕਾਂ ਨੇ ਲਾਈਕ ਕੀਤਾ ਸੀ। ਵੈਰੀ ਗੁੱਡ। ਅੱਛਾ, ਦਲਜੀਤ ਦੋਸਾਂਝ ਦਾ ਵੀ ਸੰਬੰਧ ਰਿਹਾ ਹੈ ਫਾਈਨ ਟੋਨ ਦੇ ਨਾਲ ਲੰਬਾ ਸਮਾਂ, ਔਰ ਤੁਸੀਂ ਵੀ ਦੱਸ ਰਹੇ ਸੀ। ਮੈਂ ਮੇਰੀ ਪਹਿਲੀ ਕੈਸਟ ਆਈ ਸੀ ਫਾਈਨ ਟੋਨ 'ਚ 2001 ਸਤੰਬਰ 'ਚ। ਹਾਂਜੀ, ਅਤੇ ਦਲਜੀਤ ਦੀ ਪਹਿਲੀ ਕੈਸਟ ਆਈ ਸੀ ਦਸੰਬਰ 2001 'ਚ, ਜਦ ਸਾਡੇ ਸਿਰਫ ਥੋੜ੍ਹੇ ਤਿੰਨ ਮਹੀਨੇ ਦਾ ਫਰਕ ਸੀ। ਅਤੇ ਅਸੀਂ ਇਕੱਠੇ ਸ਼ੁਰੂ ਹੋਈ ਸੀਗੀ ਫਾਈਨ ਟੋਨ 'ਚੋਂ। ਹਾਂਜੀ, ਅਤੇ ਇਹਦੀਆਂ ਵੀ ਚਾਰ ਪੰਜ ਐਲਬਮ ਆਈਆਂ ਦਲਜੀਤ ਦੀਆਂ, ਮੇਰੀਆਂ ਵੀ ਆਈਆਂ, ਔਰ ਅਸੀਂ 7-8 ਸਾਲ ਇਕੱਠੇ ਰਹੇ, ਈਵਨ 2007-8 ਤੱਕ। ਹਾਂਜੀ, ਫਿਰ ਉਦੋਂ ਬਾਅਦ ਫਿਰ ਅਸੀਂ ਆਪਣੇ ਆਪਣੇ ਰਾਹ ਪੈ ਗਏ। ਠੀਕ ਹੈ। ਹਾਂਜੀ, ਔਰ ਗੱਲਬਾਤ ਹੁੰਦੀ ਹੁਣ ਵੀ ਕਦੀ? ਨਹੀਂ, ਮੈਂ ਕੋਸ਼ਿਸ਼ ਨਹੀਂ ਕੀਤੀ ਗੱਲਬਾਤ ਕਰਨ ਨੂੰ, ਆਪਣਾ ਤਾਂ ਉਹਦੇ ਨਾਲ ਕਿਹੜਾ ਕੋਈ ਉਹ ਆ, ਬੜਾ ਬੜੀ ਖੁਸ਼ੀ ਹੁੰਦੀ ਆ, ਉਹਨੇ ਮਿਹਨਤ ਬਹੁਤ ਕੀਤੀ ਆ। ਹਾਂਜੀ, ਔਰ ਉਹੀ ਮੈਂ ਕਿਹਾ ਕਿ ਉਹਨੇ ਜੋ ਸੋਸਾਇਟੀ ਦੇ ਨੋਰਮ ਸੀ ਜਾਂ ਜੋ ਸਾਡੀ ਗਾਇਕੀ ਦੇ ਨੋਰਮ ਸੀ ਉਹਨਾਂ ਨੂੰ ਪੂਰਾ ਕੀਤਾ, ਉਹਦੇ ਮੁਤਾਬਕ ਚੱਲਿਆ, ਆਪਦੇ ਮਨ ਨੂੰ ਆਪਦੇ ਸਰੀਰ ਨੂੰ ਉਹਨੇ ਬਿਲਕੁਲ ਸਮਰਪਿਤ ਕੀਤਾ। ਐਕਚੁਅਲੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਉਹਦਾ ਫਲ ਤਾਂ ਤੁਹਾਨੂੰ ਮਿਲੇਗਾ। ਆਪਣੇ ਆਪਣੇ ਕਰੀਅਰ ਦੀ ਪੀਕ ਤੇ ਹੈ ਜੀ ਇਸ ਵੇਲੇ, ਉਹ ਵਧ ਹੀ ਰਿਹਾ ਰੋਜ਼ ਦੀ ਰੋਜ਼ ਮੈਂ ਦੇਖ ਰਿਹਾ। ਉਹ ਹਮੇਸ਼ਾ ਮਿਹਨਤੀ ਰਿਹਾ ਸਾਡੇ ਨਾਲੋਂ, ਔਰ ਜਿਹੜੀ ਮਿਹਨਤ ਉਹਨੂੰ ਪੇਕ ਕੀਤਾ। ਅੱਛਾ, ਫਿਰ ਹੁਣ ਆਉਣ ਵਾਲੇ ਸਮੇਂ ਲਈ ਕੀ ਸੋਚ ਰਹੇ ਹੋ, ਟੀਚਿੰਗ ਲਾਈਨ ਵੱਲ ਨੂੰ ਜ਼ਿਆਦਾ ਤਵੱਜੋ ਦੇਣੀ ਹੈ ਜਾਂ ਕੁਛ ਹੋਰ? ਨਹੀਂ, ਮੈਂ ਨਾਲ ਪੈਰਲਲ ਕਰਦਾ। ਮੈਂ ਹੁਣ ਜਿੱਦਾਂ ਕੁਛ ਜਿਹੜੇ ਗਾਣੇ ਬਣਾਉਣੇ ਨੇ ਹੁਣ ਨਵੇਂ ਜਾ ਕੇ। ਇੱਥੇ ਕੈਨੇਡਾ ਆਉਣ ਦਾ ਕੀ ਸਬਬ ਬਣਿਆ? ਮੈਂ ਐਬਸਪੋਰਟ ਟਰੱਕ ਸ਼ੋਅ ਤੇ ਆਇਆ ਸੀ ਪਰਫਾਰਮ ਕਰਨ ਲਈ। ਅੱਛਾ ਜੀ। ਹਾਂਜੀ, ਮੈਂ ਉੱਥੇ ਆਉਂਦਾ ਰਹਿੰਦਾ। ਓਕੇ, ਤੇ ਟੋਰਾਂਟੋ ਮੈਂ ਉੱਥੋਂ ਪਰਫਾਰਮ ਕਰਦਾ, 30 ਦਿਨ ਰੁਕਦਾ ਫਿਰ ਚਲਿਆ ਜਾਂਦਾ। ਓਕੇ, ਪਰ ਇਸ ਵਾਰ ਮੈਂ ਥੋੜਾ ਟੂਰ ਲੰਬਾ ਕੱਢਿਆ ਤੇ ਮੈਂ ਟੋਰਾਂਟੋ ਵੀ ਆ ਗਿਆ। ਸਾਡੇ ਬੜੇ ਪਿਆਰੇ ਮਿੱਤਰ ਸੋਹੀ ਸਾਹਿਬ ਨੇ ਤੇ ਨਾਲ ਕੁਲਵੰਤ ਸਿੱਖ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ ਸੀ। ਜੀ ਹਾਂ, ਕੁਲਵੰਤ ਸਿੱਖੋ ਮੇਰਾ ਦੋਸਤ ਆ, ਕਿਉਂਕਿ ਕੁਲਵੰਤ ਸਿੱਖੋ ਵੀ ਮੇਰੇ ਨਾਲ ਪੜਦਾ ਹੁੰਦਾ ਸੀ। ਅੱਛਾ, ਉਦੋਂ ਅਸੀਂ ਉਹ ਟੁੱਡੀ ਕੇ ਪੜਦਾ ਸੀ ਉਸ ਸਮੇਂ ਗ੍ਰੈਜੂਏਸ਼ਨ। ਜਸਵਿੰਦਰ ਸੋਹੀ ਹੋਰਾਂ ਨਾਲ ਕਿਵੇਂ ਤਾਲੁਕਾ? ਹਾਂ, ਸੋਹੀ ਮੇਰਾ ਗਵਾਂਢੀ ਪਿੰਡ ਦਾ। ਅੱਛਾ, ਤੇ ਸੋਹੀ ਨਾਲ ਅਸੀਂ ਕ੍ਰਿਕਟ ਖੇਡਦੇ ਰਹੇ ਹਾਂ। ਅੱਛਾ, ਉਸ ਮੇਰਾ ਉਹ ਜਿਹੜਾ ਵੈਸੇ ਇੱਕ ਪਿੰਡੂ ਵਾਲਾ ਪਿਆਰ ਹੁੰਦਾ ਨਾ, ਵੈਰੀ ਗੁੱਡ, ਉਹ ਸਾਡਾ ਪਿਆਰ ਆ, ਤੇ ਉਹ ਸਾਡੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀਗੀ। ਤੇ ਮੈਂ ਇੱਥੇ ਬਹੁਤਾ ਮੀਡੀਆ 'ਚ ਕਿਸੇ ਨੂੰ ਨਹੀਂ ਜਾਣਦਾ, ਕਿਉਂਕਿ ਟੋਰਾਂਟੋ ਮੈਂ ਸ਼ਾਇਦ ਦੂਜੀ ਵਾਰੀ ਆਇਆ। ਬਹੁਤ ਧੰਨਵਾਦ ਸਾਡੇ ਸਰ, ਤੁਸੀਂ ਸਟੂਡੀਓ ਚ ਆਏ, ਮੈਨੂੰ ਚੰਗਾ ਲੱਗਿਆ ਬਹੁਤ। ਔਰ ਆਈ ਵਿਸ਼ ਕਿ ਅਸੀਂ, ਤੁਸੀਂ ਕਿੰਨੇ ਦਿਨ ਹੈਗੇ ਹੋ ਜੇ ਇੱਥੇ?
ਮੈਂ ਪਰਸੋਂ ਚਲੇ ਜਾਣਾ ਜੀ। ਅੱਛਾ ਹਾਂਜੀ, ਮੈਂ ਫਰਾਈਡੇ ਫਿਰ ਫਿਊਚਰ ਲਈ ਕਿਤੇ ਫਿਰ ਜਦੋਂ ਬਣਿਆ ਮੈਂ ਹੁਣ ਹਾਂਜੀ ਮੈਂ ਇਹੀ ਸੋਚਿਆ ਸੀ ਵੀ ਹਰ ਸਾਲ ਮੈਂ ਇੱਥੇ ਆਇਆ ਕਰਾਂ ਟੋਰਾਂਟੋ। ਹਾਂਜੀ, ਅਤੇ ਮੈਂ ਉੱਥੇ ਐਕਚੁਅਲੀ ਵੈਨਕੂਵਰ ਆਉਣਾ ਅਤੇ ਉੱਥੇ ਥਿੰਡ ਸਾਹਿਬ ਦੇ ਪ੍ਰੋਂ 'ਚ ਤਾਂ ਮੈਂ ਹਾਜ਼ਰੀ ਲਵਾਉਣਾ ਹੁੰਦਾ ਰੇਡੀਓ ਰੇਡ ਐਫਐਮ 'ਤੇ। ਠੀਕ ਹੈ, ਔਰ ਫਿਰ ਮੈਂ ਮਤਲਬ ਉੱਥੋਂ ਹੀ ਮੁੜ ਜਾਣਾ ਉੱਥੇ, ਮਤਲਬ ਮੈਨੂੰ ਇੰਨੇ ਸਾਲਾਂ ਤੋਂ ਆਉਣ ਕਰਕੇ ਬਹੁਤ ਸਾਰੇ ਲੋਕ ਮੇਰੀ ਗਾਇਕੀ ਦੇ ਸਟਾਈਲ ਤੋਂ ਵਾਕਫ ਨੇ, ਉਹ ਫਿਰ ਮੈਨੂੰ ਸੁਣਨ ਵਾਲੇ ਲੋਕਾਂ ਦੀ ਜਿੰਨੇ ਕੁ ਦੀ ਮੰਗ ਹੁੰਦੀ ਆ ਤੇ ਫਿਰ ਹਰੇਕ ਵੀਕਐਂਡ ਤੇ ਅਸੀਂ ਇੱਕ ਦੋ ਪ੍ਰੋਗਰਾਮ ਤੁਹਾਨੂੰ ਚਾਹੀਦਾ ਲਗਾਤਾਰ ਕੁਛ ਨਾ ਕੁਛ। ਹਾਂਜੀ, ਉੱਥੇ ਮੈਂ ਇੱਥੇ ਤਾਂ ਕਿ ਬਹੁਤ ਬਿਜ਼ੀ ਰਹਿਣਾ ਕਿਉਂਕਿ ਇੱਥੇ ਤੁਹਾਡੀ ਆਵਾਜ਼ 'ਚ ਤਾਂ ਅਜੇ ਵੀ ਪੂਰਾ ਦਮਖਮ ਹੈ ਪੂਰਾ। ਹਾਂਜੀ, ਉੱਥੇ ਇੱਥੇ ਸੁਣਨ ਦਾ ਕਲਚਰ ਹੈ, ਇੰਡੀਆ ਥੋੜਾ ਜਿਹਾ ਲੋਕੀ ਇਦਾਂ ਦਾ ਗਾਣਾ ਜਿਹੜਾ ਸਾਹਿਤ ਗੀਤ ਆ ਬੈਠ ਕੇ ਨਹੀਂ ਸੁਣਦੇ। ਰਾਈਟ, ਅੱਛਾ ਤੁਸੀਂ ਬੈਠ ਕੇ ਗਾਉਂਦੇ ਹੋ ਜ਼ਿਆਦਾ ਹੁਣ? ਹਾਂ, ਹੁਣ ਮੈਂ ਬੈਠ ਕੇ ਜਾਂ ਦੂਜਾ ਜਿਹੜਾ ਹਾਰਮੋਨੀਅਮ ਦੇ ਨਾਲ ਗਜ਼ਲ ਟਾਈਪ ਮਹਿਫਿਲ ਟਾਈਪ। ਹਾਂਜੀ, ਔਰ ਜਿਹੜੇ ਪੁਰਾਣੇ ਮੁਹੰਮਦ ਬਖਸ਼ ਨੂੰ ਗਾ ਲਿਆ। ਵੈਰੀ ਗੁੱਡ, ਵਾਰਿਸ ਸ਼ਾਹ ਕੋਈ ਗਜ਼ਲ ਜੇ ਥੋੜੀ ਜਿਹੀ ਸੁਣਾਓ ਜੇ ਇਸ ਤੋਂ ਪਹਿਲਾਂ ਇਜਾਜ਼ਤ ਲਈ। ਹਾਂਜੀ, ਮੈਂ ਇੱਕ ਪਾਤਰ ਸਾਹਿਬ ਦੀ ਗਜ਼ਲ ਤੁਹਾਨੂੰ ਦੱਸਾਂ ਜੀ। ਪਲੀਜ਼। ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ ਚ ਕੋਈ ਦੁਆ ਕਰੇ, ਇਹ ਜ਼ਮੀਨ ਹੋਵੇ ਸੁਰਾਂਗਲੀ ਤੇ ਦਰਖਤ ਹੋਵਣ ਹਰੇ ਪਰੇ। ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ ਚ ਕੋਈ ਦੁਆ ਕਰੇ। ਉਹ ਬਣਾ ਰਹੇ ਨੇ ਇਮਾਰਤਾਂ ਤੇ ਅਸੀਂ ਲਿਖ ਰਹੇ ਹਾਂ ਇਬਾਰਤਾਂ, ਤਾਂ ਜੋ ਪੱਥਰਾਂ ਦੇ ਵਜੂਦ ਵਿੱਚ ਕੋਈ ਆਤਮਾ ਵੀ ਰਿਹਾ ਕਰੇ। ਮੈਂ ਛੱਡ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਵੇਖਾਂ ਨਿਸ਼ਾਨ ਚੋਂ, ਤਾਂ ਦੁਆਏ ਨਿਕਲੇ ਜ਼ੁਬਾਨ ਚੋਂ, ਮੇਰਾ ਤੀਰ ਡਿੱਗ ਪਏ ਉਰੇ ਪਰੇ। ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ ਚ ਕੋਈ ਦੁਆ ਕਰੇ। ਬਹੁਤ ਵਧੀਆ, ਬਹੁਤ ਆਉਣ ਦੇ ਸਰ, ਕਰੋ ਕਰੋ। ਮੈਂ ਕਿਹਾ ਕਰਦੇ ਕਾਫੀ ਸ਼ੇਰ ਨੇ ਇਸ ਗਜ਼ਲ ਦੇ, ਇਹਦਾ ਇੱਕ ਸ਼ੇਰ ਸੀ ਕਿ ਜਿਸ ਤਰ੍ਹਾਂ ਕਿ ਹੁਣ ਪ੍ਰਵਾਸ ਸਾਡੇ ਦੇਸ਼ ਚੋਂ ਲੋਕ ਆ ਰਹੇ ਨੇ, ਉਹਨੂੰ ਕਿੱਦਾਂ ਕਵੀ ਨੇ ਐਕਸਪਲੇਨ ਕਹਿੰਦਾ ਕਿ ਇੱਥੇ ਕੁੱਲ ਪਰਿੰਦੇ ਹੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕਰਨੇ ਅੱਜ ਕੱਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ। ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ ਚ ਕੋਈ ਦੁਆ ਕਰੇ। ਉਹ ਯੋਧਾ ਕਾ ਦਾ ਫਕੀਰ ਸੀ,
ਉਹਦੇ ਲਫ਼ਜ਼ ਹੀ ਉਹਦੇ ਤੀਰ ਸੀ, ਉਹ ਲਫ਼ਜ਼ ਕੱਢੇ ਜ਼ੁਬਾਨ ਚੋਂ, ਪਹਿਲਾਂ ਆਪਣੀ ਰਤ ਚ ਨਮ ਕਰੇ। ਬਹੁਤ ਵਧੀਆ। ਮੈਂ ਸੁਣਾ ਜੇ ਰਾਤ ਕੋਈ ਸਾਕ ਕਦ ਹੈ ਹਮੇਸ਼ ਤੱਕ, ਇੱਕ ਤਾਪਮਾਨ ਵਿਸ਼ੇਸ਼ ਤੱਕ, ਜੁੜੇ ਰਹਿਣ ਤੱਤਾਂ ਦੇ ਨਾਲ ਤੱਤ, ਫਿਰ ਟੁੱਟ ਕੇ ਹੋ ਜਾਣੂ ਰੇ ਪਰੇ। ਮੈਂ ਸੁਣਾ ਜੇ ਰਾਤ ਖਮੋਸ਼ ਨੂੰ, ਮੇਰੇ ਦਿਲ ਚ ਕੋਈ ਦੁਆ ਕਰੇ। ਸਰ ਮੈਨੂੰ ਤਾਂ ਲੱਗਦਾ ਹੁਣ ਰੇਡੀਓ ਬੰਦ ਕਰਕੇ ਚੱਲੀਏ ਘਰਾਂ ਨੂੰ। ਨਹੀਂ ਨਹੀਂ ਬਿਲਕੁਲ, ਤੁਹਾਡਾ ਰੇਡੀਓ ਐਂਡ ਹੋ ਗਿਆ ਸਰ, ਐਂਡ ਹੋ ਗਿਆ, ਚੱਲਦਾ ਰਹਿਣਾ ਚਾਹੀਦਾ। ਬਹੁਤ ਮਜ਼ੇਦਾਰ ਸਰ, ਬਹੁਤ ਮਜ਼ੇ, ਬੜਾ ਪਿਆਰ ਸਰ, ਬੜਾ ਦਿਲੋਂ ਸਕੂਨ ਵੀ ਆਇਆ ਜੀ ਤੁਹਾਨੂੰ ਸੁਣ ਕੇ। ਸੋ ਇਦਾਂ ਦੀ ਗਾਇਕੀ ਜਿਹੜੀ ਹੁਣ ਮੈਂ ਦੋ ਦੋ ਚਾਰ ਚਾਰ ਘੰਟੇ ਆਪਾਂ ਰੇਡੀਓ ਤੋਂ ਸਾਰਾ ਨਹੀਂ ਸੁਣਾ ਸਕਦੇ ਜੀ, ਜੀ ਜੀ, ਤੇ ਮੇਰੇ ਕੋਲ ਇਦਾਂ ਦਾ ਬਹੁਤ ਮੈਟਰ ਹੈਗਾ। ਸਰ ਤੁਸੀਂ ਜਦੋਂ ਹੁਣ ਅਗਲੀ ਵਾਰੀ ਆਉਣਾ ਥੋੜਾ ਸਮਾਂ ਕੱਢ ਕੇ ਤਾਂ ਡੈਫੀਨਿਟਲੀ ਪਲਾਨ ਕਰਾਂਗੇ। ਉਹ ਤੇ ਮੈਂ ਜਦੋਂ ਵੈਨਕੂਵਰ, ਮੈਨੂੰ ਸੁਣਨ ਵਾਲੇ ਬਹੁਤ ਜਿਹੜੇ ਸਿੰਸੀਅਰ ਸਮਝਦਾਰ ਸਰੋਤੇ ਮੇਰੇ ਜੀ ਜੀ ਜੀ, ਤੇ ਸੋ ਜੀ ਐਸ ਪੀਟਰ ਜੀ ਪੂਰਾ ਨਾਮ ਤੁਹਾਡਾ? ਜੀ ਐਸ, ਮੇਰਾ ਨਾਮ ਗੁਰਦੀਪ ਸਿੰਘ। ਗੁਰਦੀਪ ਸਿੰਘ, ਔਰ ਉਹਨਾਂ ਦਾ ਹੁਣ ਇੱਕ ਟ੍ਰੈਂਡ ਬਣ ਗਿਆ ਉੱਥੇ, ਹੈ ਨਾ, ਮੈਨੂੰ ਸੁਣਨਾ ਜਿਸ ਤਰ੍ਹਾਂ ਉਹ ਔਰ ਮੁਹੱਬਤ ਕਰਦੇ ਨੇ, ਔਰ ਮੈਨੂੰ ਲੱਗਦਾ ਕਿ ਮੈਨੂੰ ਵੀ ਸਕੂਨ ਆਉਂਦਾ ਉੱਥੇ ਦੋ ਚਾਰ ਘੰਟੇ। ਕਾਲਰ ਨੇ ਵੈਸੇ ਹੋਰ ਕਾਲਸ ਨਹੀਂ ਲਵਾਂਗੇ, ਕੇਵਲ ਜੀ ਨੇ ਮੈਨੂੰ ਲੱਗਦਾ ਕੁਛ ਨਾ ਕੁਛ ਜ਼ਰੂਰ ਆਪਣੇ ਮਨ ਦੇ ਬਲਬਲੇ ਸਾਂਝੇ ਕਰਨਾ ਚਾਹੁੰਦੇ ਹੋਣੇ। ਕੇਵਲ ਜੀ ਤੁਸੀਂ ਆਉਂਦੇ ਹੋ? ਸਤਿ ਸ਼੍ਰੀ ਅਕਾਲ ਰਵਿੰਦਰ ਭਾਈ, ਤੁਹਾਨੂੰ ਤੇ ਭਾਜੀ ਹੋਣਾਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਪਹਿਲੀ ਤਾਂ ਇੰਟਰਵਿਊ ਬਹੁਤ ਵਧੀਆ ਸੀ, ਤੇ ਦੂਸਰਾ ਜਿਹੜਾ ਇਹਨਾਂ ਨੇ ਗਾਇਆ ਹੈ ਨਾ, ਹਾਂਜੀ, ਉੱਥੇ ਜਾਣਿਓ ਇੰਨਾ ਸਕੂਨ ਮਿਲਿਆ, ਇੰਨਾ ਵਧੀਆ ਲੱਗਾ, ਮੈਂ ਇਹਨਾਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਜੀ। ਬਿਲਕੁਲ ਸਰ, ਤਾਂ ਹੀ ਮੈਂ ਕਿਹਾ ਸੀ ਵੀ ਹੁਣ ਤਾਂ ਰੇਡੀਓ ਬੰਦ ਕਰ ਦਈਏ ਹੁਣ ਇਦੋਂ ਬਾਅਦ ਤਾਂ। ਹੁਣ ਤਾਂ ਇਹੀ ਅਰਦਾਸ ਹੈ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ, ਤੇ ਹਮੇਸ਼ਾ ਹੀ ਜਿਹੜੇ ਗੀਤ ਉਹ ਗਾਉਂਦੇ ਰਹਿਣ, ਪਰਮਾਤਮਾ ਨੂੰ ਇਹਨਾਂ ਦੀ ਜਿਹੜੀ ਕਹਿੰਦੇ ਹੁੰਦੇ ਆ ਜਮਾਨ ਦੇ ਵਿੱਚ ਇਹਨਾਂ ਦੇ ਗੀਤ ਦੇ ਵਿੱਚ ਰਸ ਹੈ। ਬਹੁਤ ਬਹੁਤ ਵਧੀਆ ਜੀ, ਬਹੁਤ ਬਹੁਤ ਮੁਬਾਰਕਬਾਦ ਭਾਜੀ। ਹੁਣ ਬਹੁਤ ਸ਼ੁਕਰੀਆ ਭਾਜੀ ਤੁਹਾਡਾ, ਥੈਂਕ ਯੂ ਸੋ ਮਚ। ਸਮਝ ਲਓ ਵੀ ਕੇਵਲ ਬਾਈ ਹੋਰਾਂ ਦੀ ਜਿਹੜੀ ਕਾਲ ਹੈ, ਪਤਾ ਨਹੀਂ ਕਿੰਨੇ ਹੋਰ ਸਰੋਤਿਆਂ ਦੀ ਕਾਲ ਨੇ ਕਬੂਲਿਓ ਨਾਲ ਹੀ ਇੱਕ ਇੱਕ, ਕਿਉਂਕਿ ਮੈਨੂੰ ਪਤਾ ਸਮਾਂ ਘੱਟ ਹੈ, ਲੇਕਿਨ ਇੱਕ ਤੁਹਾਨੂੰ ਇੱਕ ਕੁਝ ਸ਼ੇਅਰ ਸੁਣਾਉਣਾ। ਇੱਕ ਮੈਂ ਦੇਖ ਰਿਹਾ ਸੀ ਤੁਸੀਂ ਜਿਹੜਾ ਕਹਿੰਦੇ ਸੀ ਵੀ ਸੱਜਣ ਕਪਾਰ ਗਿਆ, ਹਾਂਜੀ ਇਹ ਮੈਂ ਗਾਣਾ ਰਿਕਾਰਡ ਕੀਤਾ ਸੀਗਾ। ਸੋ ਇਹ ਵੀ ਸੁਣਨਾ ਚਾਹਾਂਗੇ ਥੋੜਾ ਜਿਹਾ ਬੋਲ ਜੇ ਸੁਣਾਉਣਾ ਚਾਹਾਂ ਤਾਂ। ਉਸ ਤੋਂ ਪਹਿਲਾਂ ਜਿਹੜਾ ਤੁਸੀਂ ਸੁਣਾਉਣ ਲੱਗੇ ਸੀ, ਉਹ ਸੀ ਕਿ ਪਾਤਰ ਸਾਹਿਬ ਦੀ ਇੱਕ ਰਚਨਾ ਹੈ, ਉਹਦਾ ਦੁਸ਼ੇਸ਼ ਸੀ ਕਿ ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ, ਸਾਜ਼ਨ ਦੇ ਪੁੱਛਦੇ ਸਾਜ਼ ਨੂੰ ਤੇਰਾ ਨਗਮਾ ਕਿਧਰ ਗਿਆ, ਹੁੰਦਾ ਸੀ ਸ਼ਖਸ ਇੱਥੇ ਇੱਕ ਸੱਚਾ ਕਿਧਰ ਗਿਆ, ਆ ਪੱਥਰਾਂ ਦੇ ਸ਼ਹਿਰ ਚੋਂ ਸ਼ੀਸ਼ਾ ਕਿਧਰ ਗਿਆ, ਹੁੰਦਾ ਸੀ ਸ਼ਖਸ ਇੱਥੇ ਹਿੰਦੂਆਂ ਸਿੱਖਾਂ ਮੁਸਲਮਾਨਾਂ ਦੀ ਭੀੜ ਵਿੱਚ ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿਧਰ ਗਿਆ, ਹੁੰਦਾ ਸੀ ਸ਼ਖਸ ਇੱਥੇ ਸਭ ਨੀਰ ਗੰਧਲੇ
ਸ਼ੀਸ਼ੇ ਧੁੰਦਲੇ ਹੋਏ ਨੇ ਇਸ ਤਰ੍ਹਾਂ, ਸਭ ਨੀਰ ਗੰਧਲੇ ਸ਼ੀਸ਼ੇ ਧੁੰਦਲੇ ਹੋਏ ਨੇ ਇਸ ਤਰ੍ਹਾਂ, ਹਰ ਸ਼ਖਸ ਪੁੱਛਦਾ ਹੈ ਮੇਰਾ ਚਿਹਰਾ ਕਿਧਰ ਗਿਆ, ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ, ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ, ਤੇਰੇ ਸੋਹਣੇ ਨੈਣਾਂ ਦਾ ਸੁਪਨਾ ਕਿਧਰ ਗਿਆ, ਪਾਤਰ ਨੂੰ ਜਾਣ ਜਾਣ ਕੇ ਪੁੱਛਦੀ ਏ ਅੱਜ ਹਵਾ, ਰੇਤੇ ਤੇ ਤੇਰਾ ਨਾਮ ਸੀ ਲਿਖਿਆ ਕਿਧਰ ਗਿਆ, ਪੱਥਰਾਂ ਦੇ ਸ਼ਹਿਰ ਚੋਂ ਸ਼ੀਸ਼ਾ ਕਿਧਰ ਗਿਆ, ਹੁੰਦਾ ਸੀ ਬਹੁਤ ਵਧੀਆ ਸਰ, ਬਹੁਤ ਵਧੀਆ ਪੀਟਰ ਬਾਈ। ਸੋ ਸੱਚੀ ਮੈਂ ਉਹੀ ਕਹਿ ਰਿਹਾ ਵੀ ਤੁਸੀਂ ਦਿਲ ਕਰਦਾ ਗਾਉਂਦੇ ਰਹੋ, ਅਸੀਂ ਸੁਣਦੇ ਹੀ ਰਹੀਏ ਤੇ ਤੁਹਾਡਾ ਧੰਨਵਾਦ ਕਰਦੇ ਹੋਏ। ਹੁਣ ਮੈਨੂੰ ਪਤਾ ਗੱਲਾਂ ਬਾਤਾਂ ਵੀ ਕਰਨ ਨੂੰ ਦਿਲ ਕਰਦਾ, ਕਿਉਂਕਿ ਜਿਸ ਭਾਸ਼ਾ ਦਾ, ਜਿਸ ਸਟਾਈਲ ਦਾ, ਜਿਸ ਅੰਦਾਜ਼ ਦਾ ਜਿਵੇਂ ਤੁਸੀਂ ਬੋਲਣ ਲੱਗਿਆ ਵੀ ਇਸਤੇਮਾਲ ਕਰਦੇ ਹੋ, ਉਹਨੂੰ ਵੀ ਸੁਣਨ ਨੂੰ ਦਿਲ ਕਰਦਾ, ਜਦੋਂ ਗਾਉਂਦੇ ਹੋ ਤਾਂ ਗਾਉਂਦਿਆਂ ਨੂੰ ਸੁਣਨ ਨੂੰ ਦਿਲ ਕਰਦਾ, ਬੜੀ ਲਾਜਵਾਬ ਲੱਗੀ ਗੱਲ। ਸਮਝਦਾ ਕਿ ਜਿੱਦਾਂ ਗਾਇਕੀ ਔਰ ਸ਼ਾਇਰੀ ਚ ਬੜੀ ਉਹ ਬੜਾ ਇੱਕ ਬਰੀਕ ਜਿਹਾ ਮਾਮਲਾ ਹੁੰਦਾ ਨਾ, ਜਿੱਦਾਂ ਇੱਕ ਗਜ਼ਲ ਦਾ ਸ਼ੇਰ ਸੀ ਪਿਛਲੀ ਦਾ ਕਿ ਕੋਈ ਕੋਈ ਲਫ਼ਜ਼ ਲਫ਼ਜ਼ਾਂ ਦੇ ਸਾਕ ਵਿੱਚ ਨਾ ਘੁੱਟਣ ਸਹੀ ਕਿਸੇ ਵਾਕ ਵਿੱਚ, ਹਾਂਜੀ, ਕੁਝ ਬੋਲਦਾ ਮੈਂ ਝਿਜਕਦਾ ਕੁਝ ਲਿਖਦਿਆਂ ਮੇਰਾ ਮਨ ਡਰੇ। ਦੇਖੋ ਵਾਕ ਨੂੰ ਦੇਖਣ ਨੂੰ ਸਿੰਪਲ ਵਾਕ ਲੱਗਦਾ, ਪਰ ਉਹਦੇ ਵਿੱਚ ਉਹਦੇ ਪਰਿਵਾਰ ਦੇ ਮੈਂਬਰ ਵੀ ਆ, ਇੱਕ ਕਰਤਾ ਹੈ, ਇੱਕ ਕਿਰਿਆ ਹੈ, ਇੱਕ ਵਿਸ਼ੇਸ਼ਣ ਹੈ, ਇੱਕ ਸੰਬੰਧਕ ਆ, ਇੱਕ ਯੋਜਕ ਆ, ਔਰ ਉਹ ਵਾਕ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਸਰਟਨ ਅਰੇਂਜਮੈਂਟ ਨਾਲ ਪਏ ਆ, ਬਿਲਕੁਲ ਉਗੜ ਦੁਗੜੇ ਨਹੀਂ, ਉਹਨਾਂ ਦੀ ਇੱਕ ਫਾਰਮੇਸ਼ਨ ਹੈ, ਸੋ ਇਹ ਦੁਨੀਆ ਵੀ ਫਾਰਮੇਸ਼ਨ, ਇੱਕ ਵਾਕ ਲਿਖਿਆ ਹੋਇਆ ਕੁਦਰਤ ਤੇ ਅਸੀਂ ਸਾਰੇ ਕੁਦਰਤ ਦੇ ਲਿਖੇ ਹੋਏ ਵਾਕ ਦੇ ਵਿੱਚ ਸ਼ਬਦਾਂ ਵਾਂਗੂ ਫਿੱਟ ਆ, ਅਸੀਂ ਉਹ ਕੰਪਲੀਟ ਕਰ ਰਹੇ ਹਾਂ, ਅਸੀਂ ਉਹ ਫਾਰਮੇਸ਼ਨ ਆ, ਤੇ ਜੇ ਉਹ ਵਾਕ ਉਸ ਵਾਕ ਨੂੰ ਲਿਖਣ ਵਾਲੇ ਨੂੰ ਤਕਲੀਫ ਦਿੰਦਾ ਤਾਂ ਫਿਰ ਉਹਨੂੰ ਉਹ ਵਾਕ ਦੁਬਾਰਾ ਲਿਖਣ ਤੋਂ ਡਰ ਲੱਗਦਾ। ਸੋ ਇਦਾਂ ਦੀ ਬਹੁਤ ਡੂੰਘੀਆਂ ਗੱਲਾਂ ਹੋ ਰਹੀਆਂ, ਕਾਲ ਹੋਰ ਲੈ ਲੈਂਦੇ ਹਾਂ, ਮੇਰਾ ਦਿਲ ਕਰਦਾ ਸੀ ਆਪਾਂ ਗੱਲਬਾਤ ਕਰਦੇ ਰਹੀਏ ਪਰ ਸਾਡੇ ਅਗਲੇ ਸੈਗਮੈਂਟਸ ਲਈ ਹੁਣ ਲੇਟ ਹੋ ਜਾਣਾ। ਸੋ 8109 ਨੰਬਰ, ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਹਾਂਜੀ ਸਰ, ਵਰਿੰਦਰ ਸੈਲੀ ਬੋਲਦੇ, ਸਤਿ ਸ਼੍ਰੀ ਅਕਾਲ ਜੀ। ਜੀ ਵਰਿੰਦਰ ਬਾਈ, ਭਾਜੀ ਬਹੁਤ ਨਾ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ, ਭਾਜੀ ਦੀ ਆਵਾਜ਼ ਬਹੁਤ ਸੋਹਣੀ ਹੈ ਜੀ। ਜੀ ਜੀ ਜੀ, ਗਿੱਲ ਸਾਹਿਬ ਦੇਖ ਲਓ ਤੁਹਾਡੇ ਆਪ ਚੱਲ ਕੇ ਆਏ ਜੀ ਉਹਨਾਂ ਦਾ ਸਰ, ਸੋ ਨਾਈਸ, ਮੈਂ ਤਾਂ ਸਰ ਧੰਨਵਾਦ ਕਰਦਾ ਜੀ ਇਹਨਾਂ ਦਾ, ਔਰ ਸੁਹੀ ਬਾਈ ਦਾ ਤੇ ਕੁਲਵੰਤ ਸੇਖੋਂ ਬਾਈ ਦਾ ਧੰਨਵਾਦ ਕਰਦਾ, ਉਹਨਾਂ ਨੇ ਮਿਲਾਇਆ ਬਾਈ ਹੁਣ ਨਾਲ। ਥੈਂਕ ਯੂ ਜੀ। ਨਹੀਂ ਜੀ ਇੱਦਾਂ ਦੀ ਗਾਇਕੀ ਇੱਥੇ ਤੁਹਾਡੇ ਸਾਹਮਣੇ ਇਕੱਠੇ ਮਿਲਦੀ ਹੈ, ਕਰਾਓ ਜੀ ਸ਼ੋਅ ਅਗਲੀ ਉਹਨੂੰ ਭਾਜੀ ਜਿਹਾ ਟਾਈਮ ਕੱਢ ਗਿਆ ਕਰਾਓ। ਜੀ ਜੀ ਜੀ, ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਸਰ, ਥੈਂਕ ਯੂ। ਧੰਨਵਾਦ ਜੀ, ਬੜੀ ਮਿਹਰਬਾਨੀ। ਸੋ ਬਾਈ ਜੀ ਹੁਣ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਜਦੋਂ ਆਏ ਥੋੜਾ ਲੰਬਾ ਸਮਾਂ ਤੁਹਾਡੇ ਨਾਲ ਬੈਠੀਏ ਗੱਲਬਾਤ ਵੀ ਕਰੀਏ ਤੇ ਆਪਣਾ ਜਿਹੜਾ ਤੁਹਾਡਾ ਗੀਤ ਕਪਾਹ ਵਾਲੀ ਗੱਲ ਕਰਦਾ ਹੋਇਆ ਉਹਦੇ ਨਾਲ ਇਜਾਜ਼ਤ ਲਈਏ ਤੁਹਾਡੇ ਤੋਂ। ਜੀ ਬਿਲਕੁਲ ਬਿਲਕੁਲ। ਅੱਛਾ, ਉਸ ਤੋਂ ਪਹਿਲਾਂ ਸੋਰੀ, ਜੇ ਕਿਸੇ ਨੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਹੋਵੇ, ਕੋਈ ਨੰਬਰ ਦੇਣਾ ਚਾਹੁੰਦੇ ਹੋ, ਹਾਂ ਜੀ ਇੱਥੇ ਮੇਰਾ ਇੰਡੀਆ ਵਾਲਾ ਨੰਬਰ ਹੀ ਚੱਲਦਾ, ਉਹ ਤੇ WhatsApp ਹੀ ਚੱਲਦਾ ਮੇਰਾ, ਤੁਸੀਂ ਨੰਬਰ ਦੇਣਾ ਚਾਹੋ ਮੈਂ ਜਿੱਥੇ ਵੀ ਜਾਣਾ ਵਾਈਫਾਈ ਚਲਾ ਲੈਣਾ। ਠੀਕ ਹੈ, ਤੇ ਉਹ ਮੇਰਾ ਹੈਗਾ 95017, ਹਾਂਜੀ, 20398।
ਸਮਾਗਮ ਕਰਵਾਉਣ ਲਈ ਵੀ ਕੋਈ ਲੋੜ ਹੋਵੇ ਤਾਂ ਮੈਂ ਸਮਝਦਾ ਤੁਹਾਨੂੰ ਜ਼ਰੂਰ ਯਾਦ ਕਰਨ, ਤੇ ਇੰਡੀਆ ਤੋਂ ਵੀ ਯਾਦ ਕੀਤਾ ਜਾ ਸਕਦਾ ਜਿਵੇਂ ਤੁਸੀਂ ਦੱਸਿਆ ਕਿ ਵੈਨਕੂਵਰ ਪਰਫਾਰਮ ਕਰਨ ਲਈ ਆਏ ਸੀ, ਸੋ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰੀਏ ਅਸੀਂ ਸਾਰੇ ਜਣੇ ਰਲ ਮਿਲ ਕੇ ਤੁਹਾਡੇ ਇੱਥੇ ਟੋਰਾਂਟੋ ਚ ਵੀ ਪ੍ਰੋਗਰਾਮ ਮਾਨਣ ਦਾ ਆਨੰਦ ਮਾਣੀਏ। ਬਹੁਤ ਸ਼ੁਕਰੀਆ ਸਰ ਤੁਹਾਡਾ, ਮੈਂ ਇੱਥੇ ਟੋਰਾਂਟੋ ਆਇਆ ਘੱਟਾ, ਮਗਰ ਉਹਦਾ ਇੱਥੇ ਆਉਣ ਦਾ ਇਹੀ ਕਾਰਨ ਸੀ ਕਿ ਉੱਥੇ ਜ਼ਿਆਦਾ ਰਜੇਵੇਂ ਹੋ ਜਾਂਦੇ। ਜੀ ਜੀ ਜੀ, ਸੋ ਨਾਈਸ ਹੋ ਗਈ ਸਰ, ਤੁਹਾਡੇ ਲਈ ਬਹੁਤ ਸ਼ੁਭ ਕਾਮਨਾਵਾਂ ਨੇ ਵੀਰੇ। ਥੈਂਕ ਯੂ ਸੋ ਮਚ, ਤੇ ਤੁਹਾਡੇ ਸੱਜਣ ਕਪਾਰ ਰੰਗੇ ਉਸ ਗਿਆ ਕਿ ਸੱਜਣਾ ਕਪਾਰ ਰੰਗੇ ਬੰਦਾ ਜਦੋਂ ਸਵਾਹ ਦੇਖਦਾ ਤੇ ਉਹਦੇ ਕੱਦ ਦਾ ਤੇ ਰੰਗ ਦਾ ਅੰਦਾਜ਼ਾ ਨਹੀਂ ਲਾ ਸਕਦਾ। ਸੋ ਪੇਸ਼ ਹੈ ਕਾਲੀ ਕਾਲੀ ਰਾਤ ਵਿੱਚ ਤਾਰਿਆਂ ਦੀ ਛਾਵੇਂ ਹੋਏ, ਸੋਚਦੈ ਤੂੰ ਇਕੱਠਾ ਕੀਤਾ ਛੱਡ ਜਾਣਾ ਥਾਵੇਂ ਹੋਏ, ਜਿੰਨੀ ਨਿਭਗੀ ਨਿਭਾ ਤੁਰ ਜਾਣਾ, ਮਿਲਣਾ ਨਿਸਾ ਮੰਗਿਆ ਇੱਕੋ ਰੰਗ ਦੀ ਸੁਆ ਬਣ ਜਾਣਾ, ਸੱਜਣਾ ਕਪਾ ਰੰਗਿਆ ਓਏ, ਸੱਜਣਾ ਕਪਾ ਰੰਗਿਆ, ਜ਼ਿੰਦਗੀ ਚ ਚੰਗੇ ਮਾੜੇ ਆਉਂਦੇ ਨੇ ਹਾਲਾਤ ਓਏ, ਕੰਡਿਆਂ ਤੋਂ ਜਾਣੀ ਜਾਂਦੀ ਫੁੱਲਾਂ ਦੀ ਔਕਾਤ ਓਏ, ਲੋਵਾਂ ਤੱਤੀਆਂ ਕਟਾ ਬਣ ਜਾਣਾ, ਆਉਣਾ ਜੋ ਦਿਨਾਂ ਚੰਗਿਆਂ ਇੱਕੋ ਰੰਗ ਦੀ ਸੁਆ ਬਣ ਜਾਣਾ, ਸੱਜਣਾ ਕਪਾ ਰੰਗਿਆ ਓਏ, ਸੱਜਣਾ ਕਪਾ ਰੰਗਿਆ। ਬਹੁਤ ਖੂਬ, ਬਹੁਤ ਖੂਬ ਸਰ, ਸੋ ਨਾਈਸ ਆਫ ਯੂ ਵੱਡੇ ਬਾਈ, ਥੈਂਕ ਯੂ ਸੋ ਮਚ, ਤੁਹਾਡਾ ਵੀ ਧੰਨਵਾਦ ਜੀ। ਔਰ ਰੇਡੀਓ ਹਮਸਫ਼ਰ ਦੇ ਸਰੋਤਿਆਂ ਨਾਲ ਗੱਲ ਕਰਕੇ ਅੱਛਾ ਲੱਗਿਆ, ਔਰ ਨਾਮ ਬੜਾ ਅੱਛਾ ਹਮਸਫ਼ਰ, ਚੌਵੀ ਘੰਟੇ ਸੱਤੇ ਦਿਨ ਹਮਸਫ਼ਰ ਬਣ ਕੇ ਨਾਲ ਤੁਰਦੇ। ਤੁਹਾਡਾ ਵੀ ਸ਼ੁਕਰੀਆ ਗਿੱਲ ਸਾਹਿਬ, ਬੜੀ ਮਿਹਰਬਾਨੀ, ਸੋ ਨਾਈਸ ਆਫ ਯੂ, ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਜੀ ਐਸ ਪੀਟਰ ਬਾਈ ਹੋਰੀ, ਉਮੀਦ ਕਰਦੇ ਤੁਹਾਨੂੰ ਸਾਡੀ ਇਹ ਗੱਲਬਾਤ ਨਾਲੋਂ ਵੀ ਮੈਨੂੰ ਲੱਗਦਾ ਇੱਕ ਸੈਮੀਨਾਰ ਹੀ ਸੀਗਾ, ਸੋ ਚੰਗਾ ਲੱਗਿਆ ਹੋਣਾ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ, ਕੁਝ ਸੰਦੇਸ਼ਾਂ ਤੋਂ ਬਾਅਦ ਅਗਲੇ ਸੈਗਮੈਂਟ ਦੇ ਨਾਲ ਜੁੜਦੇ ਹਾਂ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਜੀ ਮੀਡੀਆ ਗਰੁੱਪ।